ਦੇ, ਅੱਜ ਪਿਛਲੀ ਵਾਰ 10% ਕੀਤੀ ਸੀ, ਅੱਜ ਵੀ 10% ਕੀਤੀ, 80 ਹਲੇ ਅੰਦਰ। ਅਤੇ ਇੱਕ ਮੇਰੇ ਡਿਪਾਰਟਮੈਂਟ ਦੀ ਗੱਲ ਸੀ, ਨੰਗ ਤੜੰਗ ਡਿਪਾਰਟਮੈਂਟ ਸੀ, 10,000 ਕਰੋੜ ਰੁਪਈਆ ਕਿੱਥੋਂ ਆ ਗਿਆ? ਨਹੀਂ ਲਾਉਣ ਦੇਣਾ ਚਾਹੁੰਦੇ ਨਾ ਸੀ ਮਹਾਂ ਬਦੌਲਤ, ਉਹਦਾ ਵੀ ਰਿਪੋਰਟ ਕੱਢ ਦੇ ਦੀਆਂ। 2300 ਕਰੋੜ ਅਮਰੁੱਤ ਹੈ, 25 ਨਹੀਂ ਸੀ ਕਿਸੇ ਨੇ ਪਾਈ। 2 ਸਾਲ ਸਰਦਾਰ ਬਾਦਲ ਦੀ ਸਰਕਾਰ ਸੀ, 1 ਪੈਸਾ ਨਹੀਂ ਸੀ ਆਇਆ। ਸਮਾਰਟ ਸਿਟੀਆਂ ਦੇ ਵਿੱਚ ਕਰੀਬ 2000 ਕਰੋੜ ਰੁਪਈਆ, ਪਾਣੀ ਦੇ ਪ੍ਰੋਜੈਕਟ 3,500-4,000 ਕਰੋੜ ਰੁਪਈਆ, ਟਰੱਸਟਾਂ 'ਚੋਂ ਹੀ 200-300 ਕਰੋੜ ਰੁਪਈਆ, ਹਾਂਜੀ ਟੋਟਲ ਕਰੀਬ 9,900 ਕਰੋੜ ਰੁਪਈਆ ਹੈ। 10,000 ਕਰੋੜ ਰੁਪਈਆ ਉਹਦੇ 'ਚੋਂ ਕੁਛ ਡਿਸਟ੍ਰੀਬਿਊਟ ਹੋ ਗਿਆ, ਸੀਵਰੇਜ ਲਈ 1500 ਕਰੋੜ ਰੁਪਈਆ ਮਤ ਕੀਤੀ ਸਾਰਿਆਂ ਨੇ, ਹਾਂਜੀ ਉਹਦੇ 'ਚੋਂ ਕੁਛ ਡਿਸਟ੍ਰੀਬਿਊਟ ਹੋ ਗਿਆ। ਅਤੇ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਸਿੱਧੂ ਨੇ ਕੀ ਕੁਛ ਕਿਹਾ ਤੁਸੀਂ ਸੁਣਿਆ, ਆਪਣੇ ਮਹਿਕਮੇ ਤੋਂ ਲੈ ਕੇ ਕੈਪਟਨ ਦੇ ਮਸਲੇ 'ਤੇ ਵੀ ਉਹ ਕਈ ਵਾਰ ਬਿਆਨਬਾਜ਼ੀ ਦੇ ਚੁੱਕੇ ਹਨ, ਪਰ ਕੈਪਟਨ ਵਰਸਿਜ਼ ਸਿੱਧੂ ਸਾਫ਼ ਤੌਰ 'ਤੇ ਵੇਖਣ ਨੂੰ ਮਿਲਿਆ। ਆਲਾ ਕਮਾਨ ਇਸ 'ਤੇ ਕੀ ਕੁਛ ਪ੍ਰਤੀਕਰਮ ਦਿੰਦਾ ਇਹ ਵੀ ਵੇਖਣਾ ਹੋਵੇਗਾ, ਪਰ ਪੰਜਾਬ 'ਚ ਸਭ ਕੁਛ ਠੀਕ ਨਹੀਂ ਹੈ, ਕਾਂਗਰਸ ਦੇ ਖੇਮੇ ਤੋਂ ਇਹ ਵੱਡੀ ਖਬਰ ਤੁਹਾਨੂੰ ਵਿਖਾ ਰਹੇ ਅਤੇ ਪੰਜਾਬ ਦੀ ਸਿਆਸਤ ਦੀ ਹੁਣ ਤੱਕ ਦੀ ਇਹ ਵੱਡੀ ਖਬਰ ਹੈ, ਸਿਆਸਤੀ ਭੂਚਾਲ ਲਿਆ ਸਕਦੀ ਹੈ ਜੇ ਸੂਤਰ ਜਿਵੇਂ ਕਿ ਇਹ ਦੱਸ ਰਹੇ ਹਨ। ਦੂਜੇ ਪਾਸੇ ਸਿਆਸਤੀ ਬਾਹਰ ਸਾਡੇ ਜੁੜ ਚੁੱਕੇ ਨੇ ਸੰਪਾਦਕ ਨਵਨੀਤ ਸਿੰਘ ਵਧਵਾ। ਨਵਨੀਤ, ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ, ਇੱਕ ਵੱਡਾ ਭੂਚਾਲ ਕਾਂਗਰਸ ਦੇ ਖੇਮੇ 'ਚ ਆਪਾਂ ਕਹਿ ਸਕਦੇ ਹਾਂ ਇਹਨੂੰ? ਹੁਣ ਜਦੋਂ ਅੱਜ ਮੰਨਿਆ ਜਾ ਰਿਹਾ ਸੀ, ਪਿਛਲੇ ਦਿਨ ਅਸੀਂ ਵੇਖਿਆ ਕਿ 30 ਤਰੀਕ ਨੂੰ ਇੱਕ ਮੀਟਿੰਗ ਹੁੰਦੀ ਹੈ ਜਿਹੜੀ ਕਿ ਮੁੱਖ ਮੰਤਰੀ ਸੱਦਦੇ ਨੇ ਸਾਰੇ ਵਿਧਾਇਕਾਂ ਅਤੇ ਸਾਰੇ MPs ਜਿਹੜੇ ਨਵੇਂ ਬਣੇ MPs ਸੀਗੇ 8 ਦੇ 8 ਉਹਨਾਂ ਦੀ। ਉਸ ਮੀਟਿੰਗ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਰਹੇ, ਸਵਾਲ ਕਈ ਪੁੱਛੇ ਗਏ, ਪਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਦੇ ਨੇ ਅਤੇ ਉਹ ਦੱਸਦੇ ਨੇ ਕਿ ਉਹਨਾਂ ਦੇ ਮਹਿਕਮੇ ਨੇ ਕੀ ਕੁਛ ਕੰਮ ਕੀਤਾ, ਜੋ ਗੱਲ ਜੋ ਤਮਾਮ ਸਵਾਲ ਉਹਨਾਂ 'ਤੇ ਚੁੱਕੇ ਜਾ ਰਹੇ ਨੇ ਉਹ ਗਲਤ ਨੇ। ਅੱਜ ਨਜ਼ਰਾਂ ਸੀ ਕਿ ਕੈਬਨਿਟ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ, ਕਿਉਂਕਿ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਇਹ ਪਹਿਲੀ ਕੈਬਨਿਟ ਮੀਟਿੰਗ ਜਿਸ 'ਤੇ ਨਜ਼ਰ ਸੀ, ਔਰ ਹੋਇਆ ਹੋਈ ਕਿ ਇੱਕ ਪਾਸੇ ਜਿਹੜੀ ਇਹ ਸਚਿਵਾਲਿਆ ਦੇ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਚੱਲ ਰਹੀ ਸੀ, ਸੋ ਉਸ ਤੋਂ ਲਗਭਗ 4 ਕਿਲੋਮੀਟਰ ਦੂਰ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਵਾਸ 'ਤੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਸ ਮੀਟਿੰਗ 'ਚ ਸ਼ਾਮਲ ਨਹੀਂ ਹੋਏ, ਔਰ ਜਿੱਥੇ ਇੱਕ ਪਾਸੇ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਚਰਚਾ ਹੋ ਰਹੀ ਸੀ, ਉਹ ਆਪਣੇ ਮਹਿਕਮੇ ਦੀਆਂ ਦੱਸ ਰਹੀ ਸੀ ਕਿ ਮੇਰੇ ਮਹਿਕਮੇ ਨੇ ਕਿਹੜੇ ਕਿਹੜੇ ਹਲਕੇ 'ਚ ਕਿੰਨਾ ਕੰਮ ਕੀਤਾ, ਉੱਥੇ ਕਾਂਗਰਸ ਦੀ ਪਰਫੋਰਮੈਂਸ ਲੋਕ ਸਭਾ ਚੋਣਾਂ 'ਚ ਕੀ ਰਹੀ। ਸੋ ਸਿੱਧੇ ਤੌਰ 'ਤੇ ਅਸੀਂ ਕਹੀਏ ਕਿ ਵਾਰ ਪਲਟਵਾਰ ਦੇ ਨਾਲ ਨਾਲ ਹੁਣ ਆਹਮੋ ਸਾਹਮਣੇ ਵਾਲੀ ਸਥਿਤੀ ਪਿਛਲੇ ਕੁਝ ਦਿਨਾਂ ਤੋਂ ਬਣੀ ਹੋਈ ਸੀ, ਅੱਜ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਕੈਬਨਿਟ 'ਚ ਸ਼ਾਮਲ ਨਹੀਂ ਹੋਏ, ਪ੍ਰੈਸ ਕਾਨਫਰੰਸ ਕਰਕੇ ਕਈ ਸਵਾਲ ਸਗੋਂ ਸਰਕਾਰ 'ਤੇ ਖੜ੍ਹੇ ਕੀਤੇ, ਤਾਂ ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਬਈ ਕਈ ਕੈਬਨਿਟ ਮੰਤਰੀ ਹੈ ਜਿਹੜੇ ਖੁੱਲ੍ਹ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਕਿਹਾ ਕਿ ਕਾਰਵਾਈ ਹੋਣੀ ਚਾਹੀਦੀ ਹੈ, ਇਹ ਅਨੁਸ਼ਾਸਨਹੀਨਤਾ ਹੈ। ਸੋ ਜੋ ਇਸ ਵੇਲੇ ਸਾਡੇ ਕੋਲ ਜਾਣਕਾਰੀ ਮਿਲ ਪਾ ਰਹੀ ਹੈ, ਬਹੁਤ ਕਹੀਏ ਕਿ ਰਿਲਾਇਬਲ ਸੋਰਸਿਸ ਤੋਂ ਇਹ ਜਾਣਕਾਰੀ ਹੈ CMO ਤੋਂ ਕਿ ਅੱਜ ਸ਼ਾਮ ਤੱਕ ਦੇਰ ਰਾਤ ਤੱਕ ਇੱਕ ਲੈਟਰ ਜਿਹੜਾ ਉਹ ਜਾਰੀ ਹੋਏਗਾ, ਜਿਸ 'ਚ ਜਿਹੜਾ ਲੋਕਲ ਬਾਡੀ ਮਿਨਿਸਟਰੀ ਹੈ, ਕਿਉਂਕਿ ਟੂਰਿਜ਼ਮ ਦਾ ਮਹਿਕਮਾ ਵੀ ਨਵਜੋਤ ਸਿੰਘ ਸਿੱਧੂ ਦੇ ਕੋਲ ਹੀ ਹੈ, ਕੈਬਨਿਟ ਮੰਤਰੀ ਰਹਿਣਗੇ, ਟੂਰਿਜ਼ਮ ਦਾ ਮਹਿਕਮਾ ਉਹਨਾਂ ਦੇ ਕੋਲ ਹੀ ਰਹੇਗਾ, ਪਰ ਲੋਕਲ ਬਾਡੀ ਮਿਨਿਸਟਰੀ ਜਿਹੜੀ ਹੈ ਉਹ ਮੁੱਖ ਮੰਤਰੀ ਆਪਣੇ ਕੋਲ ਲੈਣ ਜਾ ਰਹੇ ਨੇ। ਅੱਜ ਰਾਤ ਤੱਕ ਇਹ ਲੈਟਰ ਜਾਰੀ ਹੋ ਜਾਏਗਾ, ਜੋ ਜਾਣਕਾਰੀ ਇਸ ਵੇਲੇ ਸਾਨੂੰ ਮਿਲ ਪਾ ਰਹੀ ਹੈ, ਹੋ ਸਕਦਾ ਕਿ ਕੱਲ੍ਹ ਸਵੇਰੇ ਤੱਕ ਵੀ ਇਸ ਦੀ ਖਬਰ ਆਉਣ, ਪਰ
24 ਘੰਟੇ ਦੇ ਅੰਦਰ ਅੰਦਰ ਇਹ ਖਬਰ ਨਿਕਲ ਕੇ ਸਾਹਮਣੇ ਆਏਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਰਿਐਕਸ਼ਨ ਕੀ ਹੋਏਗਾ। ਹਾਲਾਂਕਿ ਅੱਜ ਇੱਕ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਜਿਸ 'ਚ ਬਿਲਕੁਲ ਨਵਨੀਤ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਹਿਕਮਾ ਹੈ ਉਹਨਾਂ ਤੋਂ ਵਾਪਸ ਲਿਆ ਜਾਵੇਗਾ ਲੋਕਲ ਬੋਡੀ ਦਾ, ਕੀ ਮੰਨਿਆ ਜਾਵੇ ਕੈਪਟਨ ਇੱਕ ਵੱਡੀ ਕਾਰਵਾਈ ਤੋਂ ਬਚਦੇ ਨਜ਼ਰ ਆ ਰਹੇ ਨੇ, ਆਲਾ ਕਮਾਨ ਦਾ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਸਤਾ ਰਿਹਾ ਕਿਉਂਕਿ ਜਿਹੜੀ ਨਜ਼ਦੀਕੀਆਂ ਨੇ ਉਹ ਸਿੱਧੂ ਦੀ ਰਾਹੁਲ ਗਾਂਧੀ ਨਾਲ ਚੰਗੀ ਹੈ? ਦੇਖੋ, ਅਗਰ ਕਾਂਗਰਸ ਪਾਰਟੀ ਦੇ ਸੰਵਿਧਾਨ ਦੀ ਜਾਂ ਇੱਕ ਆਪਾਂ ਗੱਲ ਕਰੀਏ ਕਿ ਪੋਰਟਫੋਲੀਓ ਜਿਹੜਾ ਰੀਸ਼ਫਲ ਦਾ ਕੰਮ ਹੁੰਦਾ ਉਹ ਮੁੱਖ ਮੰਤਰੀ ਕਰ ਸਕਦਾ, ਜਿਹੜੀ ਗੱਲ ਤੁਸੀਂ ਕਹੀ ਬਿਲਕੁਲ ਵਾਜਬ ਗੱਲ ਹੈ ਕਿ ਆਲਾ ਕਮਾਨ ਦਾ ਡਰ ਵੀ ਹੈ ਕਿਉਂਕਿ ਨਜ਼ਦੀਕੀਆਂ ਜੇ ਨਵਜੋਤ ਸਿੰਘ ਸਿੱਧੂ ਦੀ ਹੈਗੀ ਤਾਂ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ, ਖਾਸ ਤੌਰ 'ਤੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ, ਕਿਉਂਕਿ ਪ੍ਰਿਅੰਕਾ ਨੇ ਹੀ ਉਹਨਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਿਲ ਕਰਾਇਆ ਸੀ। ਹੁਣ ਮੁੱਖ ਮੰਤਰੀ ਕੋਲ ਅਧਿਕਾਰ ਹੈਗਾ ਕਿ ਉਹ ਕੈਬਨਿਟ ਦੇ ਵਿੱਚ ਜੇ ਨਵੇਂ ਚਿਹਰੇ ਜਾਂ ਜੁਆਇਨ ਕਰਾਉਂਦੇ ਨੇ ਜਾਂ ਪੁਰਾਣਿਆਂ ਨੂੰ ਬਾਹਰ ਕੱਢਦੇ ਨੇ, ਤਾਂ ਆਲਾ ਕਮਾਨ ਨਾਲ ਡਿਸਕਸ ਕਰਕੇ ਉਹ ਇੱਕ ਫੇਰ ਬਦਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕੈਬਨਿਟ ਦੇ ਵਿੱਚ ਜਿਹੜਾ ਰੀਸ਼ਫਲ ਹੈ ਉਹ ਆਲਾ ਕਮਾਨ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ, ਉਹਦੀ ਆਲਾ ਕਮਾਨ ਦੀ ਰਾਏ ਲੈ ਕੇ ਫਿਰ ਫੈਸਲੇ ਲਿਆ ਜਾ ਸਕਦਾ। ਪਰ ਜਿਹੜਾ ਪੋਰਟਫੋਲੀਓ ਰੀਸ਼ਫਲ ਹੈ, ਕਿਉਂਕਿ ਉਹ ਅਧਿਕਾਰ ਖੇਤਰ ਮੁੱਖ ਮੰਤਰੀ ਦਾ ਆਪਦਾ ਹੈਗਾ, ਸੋ ਪੋਰਟਫੋਲੀਓਜ਼ ਦਾ ਚੇਂਜਸ ਜਿਹੜਾ ਹੈਗਾ ਉਹ ਮੁੱਖ ਮੰਤਰੀ ਆਪਣੇ ਅਧਿਕਾਰ ਦੇ ਨਾਲ ਕਰ ਸਕਦੇ ਨੇ। ਸੋ ਇਹੀ ਕਿਹਾ ਜਾ ਸਕਦਾ ਹੈ ਕਿ ਕੈਬਨਿਟ ਤੋਂ ਬਾਹਰ ਤਾਂ ਨਹੀਂ ਪਰ ਪਰ ਕਤਰਨ ਦੀ ਤਿਆਰੀ ਸਿੱਧੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਪਰ ਕਤਰਨ ਦੀ ਤਿਆਰੀ। ਇਹ ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕੀਤਾ ਇਸ 'ਤੇ ਵੀ ਚਰਚਾ ਕਰਾਂਗਾ। ਦੂਜੇ ਪਾਸੇ ਸਿੱਧੂ ਨੇ ਕਿਹਾ ਹੈ ਕਿ ਇੱਜ਼ਤ ਸਭ ਤੋਂ ਪਿਆਰੀ ਹੈ, ਕੀ ਕੁਛ ਕਿਹਾ ਸਿੱਧੂ ਨੇ ਤੁਸੀਂ ਪਹਿਲਾਂ ਸੁਣ ਲਓ। ਨਾ ਮੈਂ ਪਹਿਲਾਂ ਕਦੇ ਆਪਣਿਆਂ 'ਤੇ ਉਂਗਲ ਚੱਕੀ ਹੈ, ਨਾ ਮੈਂ ਅੱਜ ਚੱਕੂੰਗਾ, ਲੇਕਿਨ ਮੇਰੇ ਕੋਲ ਲੈ ਦੇ ਕੇ ਮੇਰੀ ਇੱਜ਼ਤ ਔਰ ਮੇਰਾ ਨਾਂ, ਉਹ ਮੇਰੇ ਪਿਓ ਸਰਦਾਰ ਭਗਵੰਤ ਸਿੰਘ ਸੁਤੰਤਰਤਾ ਸੈਨਾਨੀ ਨੇ ਮੈਨੂੰ ਦਿੱਤਾ ਸੰਸਕਾਰਾਂ ਦੇ ਤੌਰ ਦੇ ਉੱਤੇ, ਉਹਤੇ ਦਾਗ ਨਹੀਂ ਲੱਗਣ ਦਿੰਦਾ ਮੈਂ। ਆਈ ਡਿਫੈਂਡ ਇਟ ਵੈਰੀ ਫੇਅਰਸਲੀ, ਆਈ ਡਿਫੈਂਡ ਮਾਈ ਨੇਮ ਵੈਰੀ ਫੇਅਰਸਲੀ, ਮਾਈ ਕ੍ਰੈਡੀਬਿਲਿਟੀ, ਮਾਈ ਪਰਫੋਰਮੈਂਸ ਵੈਰੀ ਫੇਅਰਸਲੀ। ਆਈ ਹੈਵ ਆਲ ਦ ਰਿਸਪੈਕਟ ਫੋਰ ਐਵਰੀ ਕਾਂਗਰਸਮੈਨ, ਹਾਈ ਔਰ ਲੋ, and it is my word of honor, I will never ever utter a word against my brethren. I fight, meri ladai hamesha virodhiyan nal rahi hai, apne naal nahi ladya Sidhu, eh te fir tauheen hogi na Sardar Bhagwant Singh Sidhu, chitti pag unne ditti si te kal ਕੋਲੇ ਦੀ ਕੋਠੜੀ 'ਚ ਵੀ ਜਾਊਂਗਾ ਨਾ, ਉੱਥੋਂ ਵੀ ਚਿੱਟਾ ਹੀ ਨਿਕਲੂ। ਔਰ ਇਹ ਮੈਂ ਇਸ ਕਰਕੇ ਕਹਿਣਾ ਕਿ ਜਦੋਂ ਮੇਰਾ ਫਾਦਰ ਹੀ ਵਾਸ ਸੈਂਟੈਂਸ ਟੂ ਦੀ ਫਾਇਰਿੰਗ ਬਾਈ ਦੀ ਫਾਇਰਿੰਗ ਸਕੁਆਡ ਇਨ ਲਾਹੌਰ, ਤੇਜਾ ਸਿੰਘ ਸੁਤੰਤਰ ਦੇ ਲਈ ਲੜਦੇ ਹੋਏ, ਅਤੇ ਜੇਲ੍ਹ ਦੇ ਵਿੱਚ ਉਹ ਇੱਕ ਨਜ਼ਮ ਗਾਉਂਦੇ ਹੁੰਦੇ ਸੀ, ਉਦੋਂ 16-17 ਦਿਨ ਰਹਿੰਦੇ ਸੀਗੇ ਮੇਰੇ ਫਾਦਰ ਦੀ ਐਗਜੀਕਿਊਸ਼ਨ ਨੂੰ, ਉਹ ਨਜ਼ਮ ਮੈਨੂੰ ਬਹੁਤ ਇੰਸਪਾਇਰ ਕਰਦੀ ਔਰ ਹਮੇਸ਼ਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੰਸਪੀਰੇਸ਼ਨ ਰਹੂਗੀ। ਉਸੂਲੋਂ ਪਿਆਂ ਚਾਹੇ ਟਕਰਾਉਣਾ ਜ਼ਰੂਰੀ ਹੈ ਔਰ ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ। ਆਈ ਫੀਅਰ ਨਥਿੰਗ, ਦੇਰ ਆਰ ਨੋ ਫੀਅਰਸ ਇਨ ਮਾਈ ਲਾਈਫ। ਨਵਨੀਤ, ਤੁਸੀਂ ਸੁਣਿਆ ਹੋਣਾ ਕਿ ਕੁਛ ਕਿਹਾ ਸਿੱਧੂ ਨੇ, ਇੱਜ਼ਤ ਸਭ ਤੋਂ ਪਿਆਰੀ ਸ਼ਬਦ ਦਾ ਉਹਨਾਂ ਨੇ ਇਸਤੇਮਾਲ ਕੀਤਾ। ਹਾਲਾਂਕਿ ਤੁਹਾਨੂੰ ਯਾਦ ਹੋਣਾ ਜਦੋਂ
ਚੋਣ ਪ੍ਰਚਾਰ ਲਈ ਗਏ ਸਨ ਜਨਾਬ, ਤਾਂ ਇਹਨਾਂ ਨੇ ਕਿਹਾ ਸੀ ਕੌਣ ਕੈਪਟਨ ਕਿਹੜਾ ਕੈਪਟਨ। ਦੂਜੀ ਗੱਲ ਇਹ ਕੈਪਟਨ ਨਾਲ ਜਿਹੜੀ ਦੂਰੀਆਂ ਨੇ ਉਹ ਸਾਫ਼ ਤੌਰ 'ਤੇ ਜਗਜ਼ਾਹਰ ਹੁੰਦੀ ਨਜ਼ਰ ਆ ਰਹੀ ਸੀ ਅਤੇ ਜਿਹੜੇ ਬਿਆਨ ਸੀ ਉਹ ਵੀ ਮੀਡੀਆ ਸਮਝ ਰਿਹਾ ਸੀ, ਪਰ ਜਗਜ਼ਾਹਰ ਕਰਨ ਤੋਂ ਇਹ ਬਚ ਰਹੇ ਸੀ ਤਾਂ ਕਿ ਕਾਂਗਰਸ ਨੂੰ ਇਸਦਾ ਨੁਕਸਾਨ ਨਾ ਹੋਵੇ। ਹੁਣ ਕੀ ਸਮਝਿਆ ਜਾਵੇ, ਕੁਰਸੀ ਦੀ ਇਹ ਲੜਾਈ ਸੀ ਕੈਪਟਨ ਵਰਸਿਸ ਨਵਜੋਤ ਸਿੰਘ ਸਿੱਧੂ ਦੀ, ਜਿਹਦੇ ਕਰਕੇ ਸ਼ੁਰੂਆਤ ਹੋਈ ਹੈ। ਚਲੋ ਫਿਰ ਤੋਂ ਕੋਸ਼ਿਸ਼ ਕਰਾਂਗੇ, ਫਿਲਹਾਲ ਲਗਾਤਾਰ ਤੁਸੀਂ ਸੁਣਿਆ ਸਿੱਧੂ ਕੀ ਕੁਛ ਕਹਿ ਰਹੇ ਹਨ ਅਤੇ ਪੰਜਾਬ 'ਚ ਇੱਕ ਵੱਡਾ ਕਿਤੇ ਨਾ ਕਿਤੇ ਸਿਆਸਤੀ ਭੂਚਾਲ ਇਸ ਨੂੰ ਵੀ ਲੈ ਕੇ, ਕਿਉਂਕਿ ਕਾਂਗਰਸ ਦੀ ਜਿਹੜੀ ਫੁੱਟ ਹੈ ਹਰਿਆਣੇ ਤੋਂ ਬਾਅਦ ਪੰਜਾਬ 'ਚ ਵੀ ਨਜ਼ਰ ਆ ਰਹੀ ਹੈ, ਜਿਹਦਾ ਨੁਕਸਾਨ ਹਰਿਆਣੇ 'ਚ ਤਾਂ ਹੋਇਆ ਕਾਂਗਰਸ ਨੂੰ ਅਤੇ ਹੋਰ ਥਾਈਂ ਵੀ ਹੋਇਆ, ਪਰ ਪੰਜਾਬ 'ਚ ਵੀ ਆਉਣ ਵਾਲੇ ਸਮੇਂ 'ਚ ਨਾ ਹੋਵੇ ਇਸ ਨੂੰ ਲੈ ਕੇ ਕਾਂਗਰਸ ਨੂੰ ਹੁਣ ਤੋਂ ਹੀ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ। ਅਤੇ ਆਲਾ ਕਮਾਨ ਇਸ 'ਤੇ ਕੀ ਕੁਛ ਬਿਆਨ ਦਿੰਦਾ ਹੈ ਇਹ ਵੀ ਵੇਖਣਾ ਜੇ ਬਾਕੀ ਹੈ, ਕਿਉਂਕਿ ਆਲਾ ਕਮਾਨ ਇਸ ਪੂਰੇ ਮਸਲੇ 'ਤੇ ਖਾਮੋਸ਼ ਬੈਠਿਆ ਹੋਇਆ। ਪਰ ਆਖਿਰ ਸਵਾਲ ਇਹ ਹੈ ਕਿ ਆਖਿਰ ਇਹ ਜਿਹੜੀ ਲੜਾਈ ਹੈ ਇਹ ਕਿਉਂ ਕਾਂਗਰਸ ਦੇ ਖੇਮੇ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਕਿਉਂ ਸ਼ੁਰੂ ਹੋਈ ਹੈ। ਸਿੱਧੂ ਦਾ ਬਾਗੀਪਨਾ ਲਗਾਤਾਰ ਜਾਰੀ ਹੈ, ਇਸ ਤੋਂ ਪਹਿਲਾਂ ਵੀ ਉਹ ਜਿਹੜੀਆਂ ਵੀ ਪਾਰਟੀਆਂ 'ਚ ਰਹੇ ਉਹਦੇ ਗੁਣਗਾਣ ਇਹਨਾਂ ਨੇ ਕੀਤੇ, ਪਰ ਉਸ ਤੋਂ ਬਾਅਦ ਕੀ ਕੁਛ ਰਿਹਾ ਉਹ ਜਗ ਜ਼ਾਹਰ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਰੰਧਾਵਾ ਨੇ ਕੀ ਕੁਛ ਕਿਹਾ ਵੀ ਤੁਸੀਂ ਸੁਣ ਲਓ। ਕਾਨਫਰੰਸ ਕਰ ਰਹੇ ਹਾਂ ਔਰ ਯਹਾਂ ਪੇ ਕੈਬਨਿਟ ਮੀਟਿੰਗ ਚੱਲ ਰਹੀ ਹੈ। ਕੋ ਸੀ ਐਮ ਸਾਹਿਬ ਕੋ ਦੇਖਣਾ ਹੋਗਾ ਕਿ ਡਿਸਪਲਿਨ ਕੌਣ ਭੰਗ ਕਰ ਰਿਹਾ ਹੈ, ਵੋ ਸੀ ਐਮ ਸਾਹਿਬ ਸੇ ਆਪ ਪੁੱਛੀਏ, ਮੈਂ ਤੋ ਇੱਕ ਮਿਨਿਸਟਰ ਹੂੰ। ਤੋ ਆਪ ਐਜ਼ ਅ ਮਿਨਿਸਟਰ ਕਿਆ ਕਹੇਂਗੇ ਕਿ ਇੱਕ ਤਰਫ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਦੂਸਰੀ ਔਰ ਕੈਬਨਿਟ ਚੱਲ ਰਹੀ ਹੈ। ਮੇਰੀ ਬਾਤ ਸੁਣੀਏ ਕਿ ਅਗਰ ਵੋ ਨਹੀਂ ਆਤੇ ਉਸ ਕਾ ਜਵਾਬ ਵੋ ਸਿੱਧੂ ਸਾਹਿਬ ਦੇਂਗੇ ਔਰ ਜੋ ਇਨਡਿਸਪਲਿਨ ਕੀ ਬਾਤ ਹੈ ਵੋ ਸੀ ਐਮ ਸਾਹਿਬ ਉਸ ਕਾ ਜਵਾਬ। ਰੰਧਾਵਾ ਸਾਹਿਬ ਸਿੱਧੂ ਸਾਹਿਬ ਦਾ ਇਹ ਕਹਿਣਾ ਹੈ ਕਿ ਅਧੂਰਾ, ਮੈਂ ਅਸਿਸਟੈਂਟ ਨਹੀਂ ਹੂੰ, ਅਧੂਰਾ ਸੱਚ ਦੱਸਿਆ ਕੈਪਟਨ ਅਮਰਿੰਦਰ ਸਿੰਘ ਨੇ ਲੋਕਲ ਬਾਡੀਜ਼ ਮਿਨਿਸਟਰੀ ਦੇ ਉੱਤੇ ਇਲਜ਼ਾਮ ਲਗਾ ਕੇ। ਤੁਸੀਂ ਸਟੇਟਮੈਂਟ ਨਾਲ ਸਹਿਮਤ ਹੋ? ਇੱਕ ਮਿੰਟ ਮੇਰੀ ਗੱਲ ਸੁਣ ਲਓ। ਉਹਨਾਂ ਨੂੰ ਅਧੂਰਾ ਸੱਚ ਜਾਂ ਕੋਈ ਔਰ ਬਾਤ ਹੈ ਉਹ ਸਿੱਧੂ ਸਾਹਿਬ ਜਾਣਦੇ ਹੈ ਜਾਂ ਚੀਫ ਮਿਨਿਸਟਰ ਸਾਹਿਬ ਜਾਣਦੇ ਹੈ, ਮੇਰੇ ਕੋਲ ਤਾਂ ਸੱਚ ਦਾ ਪਤਾ ਨਾ ਅਧੂਰੇ ਸੱਚ ਦਾ। ਤੋ ਆਪਨੇ ਕਿਹਾ ਕਿ ਮੈਂ ਅਸਿਸਟੈਂਟ ਨਹੀਂ ਹੂੰ। ਹਾਂ ਬਿਲਕੁਲ। ਤੋ ਉਸ ਦਾ ਮੀਟਿੰਗ ਮੈਂ ਆਉਣਾ ਜਾਂ ਨਹੀਂ ਆਉਣਾ ਮੈਂ ਜ਼ਿੰਮੇਵਾਰ ਨਹੀਂ। ਐਜ ਏ ਕੈਬਨਿਟ ਕੋਲੀਗ ਆਪਕੋ ਕਿਆ ਲਗਤਾ ਹੈ ਕਿ ਇਸ ਤਰ੍ਹਾਂ ਸੇ ਇਨਡਿਸਿਪਲਿਨ ਕ੍ਰੀਏਟ ਕਰਨਾ? ਬਿਲਕੁਲ ਇਨਡਿਸਿਪਲਿਨ ਕ੍ਰੀਏਟ ਨਹੀਂ ਹੋਣਾ ਚਾਹੀਏ, ਜੇ ਹਮਾਰੀ ਜੁਆਇੰਟ ਰਿਸਪੋਂਸਿਬਿਲਿਟੀ ਹੈ ਔਰ ਅਗਰ ਉਨਕੋ ਕੋਈ ਹੈ ਉਹ ਸੀ ਐਮ ਕੇ ਸਾਥ ਕਲੀਅਰ ਕਰੇ, ਉਨਕੀ ਉਨਚੋ ਪਰ ਜੇ ਐਸੀ ਬਾਤ ਕਰਨਾ ਕਿ ਪਹਿਲਾਂ ਮੀਟਿੰਗ ਰੱਖਣ ਉਸੀ ਟਾਈਮ ਕਰਨ 'ਚ ਇਨਡਿਸਿਪਲਿਨ ਹੈ ਜੀ। ਸਾਧੂ ਸਿੰਘ ਧਰਮਸੋਦ ਨੇ ਵੀ ਪ੍ਰਤੀਕਰਮ ਦਿੱਤਾ ਨਵਜੋਤ ਸਿੰਘ ਸਿੱਧੂ 'ਤੇ, ਇਹ ਵੀ ਤੁਸੀਂ ਸੁਣ ਲਓ। ਕਿਉਂ ਪਿੱਛੇ ਪਏ? ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਦਿੱਤਾ ਸੀ ਸੱਦਾ ਨਹੀਂ ਦਿੱਤਾ ਸੀ, ਇਹ ਸਿੱਧੂ ਸਾਹਿਬ ਜਾਨ ਨੇ ਸੱਦਾ ਦੇਣ ਵਾਲੇ ਆ। ਕਿਉਂ ਪਿੱਛੇ ਪਏ? ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਦਿੱਤਾ ਸੀ ਸੱਦਾ ਨਹੀਂ ਦਿੱਤਾ ਸੀ, ਇਹ ਸਿੱਧੂ ਸਾਹਿਬ ਜਾਨ ਨੇ ਸੱਦਾ ਦੇਣ ਵਾਲੇ ਆ। ਪਟਿਆਲੇ ਤੋਂ ਅਵਿਨਾਸ਼ ਕੰਬੋਸ਼ ਨੇ ਵੀ ਜਾਇਜ਼ਾ ਲਿਆ, ਇਹਨਾਂ ਦੇ ਮਹਿਕਮੇ ਤੋਂ ਲੈ ਕੇ ਵੇਖੋ ਰਿਪੋਰਟ। ਬਾਤ ਕਰੇਂਗੇ ਨਵਜੋਤ ਸਿੰਘ ਸਿੱਧੂ ਕੇ ਡਿਪਾਰਟਮੈਂਟ ਕੀ। ਨਵਜੋਤ ਸਿੰਘ ਸਿੱਧੂ ਕੇ ਡਿਪਾਰਟਮੈਂਟ ਮੇਂ ਜੋ ਉਹਨੇ ਮੰਤਰੀ ਮੰਡਲ ਮਿਲਾ ਹੈ ਔਰ ਉਨਕੇ ਆਨੇ ਸੇ ਕਿਆ ਕੁਛ ਬਦਲਾਅ ਹੁਆ ਹੈ। ਪਟਿਆਲਾ ਮੇਂ ਕਹੀਂ ਨਾ ਕਹੀਂ ਜੋ ਸੜਕੇ ਟੂਟੀ ਪੜੀ ਥੀ 10 ਸਾਲੋਂ ਸੇ ਜੋ ਪਾਣੀ ਕੀ ਨਿਕਾਸੀ ਨਹੀਂ ਥੀ ਉਸਮੇਂ ਬਦਲਾਅ ਹੁਆ ਹੈ। ਪਟਿਆਲਾ ਮੇਂ ਸੜਕੇ ਔਰ ਸੀਵਰੇਜ ਕੀ ਜੋ ਦਿੱਕਤ ਪਰੇਸ਼ਾਨੀ ਸੀ ਵੋ ਰਾਹਤ ਮਿਲੀ ਹੈ। ਕਹੀਂ ਨਾ ਕਹੀਂ ਪਟਿਆਲਾ ਸ਼ਹਿਰ ਵਾਸੀਓ ਕੋ ਜੋ ਸੀਵਰੇਜ ਕੀ ਪ੍ਰੋਬਲਮ ਆ ਰਹੀ ਥੀ ਔਰ ਪਾਣੀ ਕੀ ਦਿੱਕਤ ਆ ਰਹੀ ਸੀ ਉਸਸੇ ਰਾਹਤ ਮਿਲੀ ਹੈ। ਕਹੀਂ ਨਾ ਕਹੀਂ ਪਾਣੀ ਪਲਾਂਟ ਵੀ ਲੱਗਣੇ ਜਾ ਰਹਾ ਹੈ ਪਟਿਆਲਾ ਮੇਂ, ਜੋ ਨਹਿਰੀ ਪਾਣੀ ਹੈ ਉਸੇ ਸਾਫ ਕਰਕੇ ਪੀਣੇ ਲਾਇਕ ਬਣਾਇਆ ਜਾਏਗਾ। ਔਰ ਕਹੀਂ ਨਾ ਕਹੀਂ ਜੋ ਪਟਿਆਲਾ ਸ਼ਹਿਰ ਮੇਂ ਜੋ ਸਭ ਤੋਂ ਬੜੀ ਦਿੱਕਤ ਥੀ ਸੀਵਰੇਜ ਕੀ ਪਰੇਸ਼ਾਨੀ ਕਾਫੀ ਥੀ।
कहीं ना कहीं जब से नवजोत सिंह सिद्धू आए तो इन चीज़ों से राहत मिली है पटियाला के या पूरे पंजाब के लोगों को। कहीं ना कहीं पटियाला की हेरिटेज जो बिल्डिंगों की भी हालत काफ़ी खस्ता थी नवजोत सिंह सिद्धू के आने के बाद, जो उन बिल्डिंग है उनकी साम संभाल के लिए भी काफ़ी करोड़ों रुपए का फंड दिया गया है। कहीं ना कहीं अगर बात करें तो नवजोत सिंह सिद्धू के आने के बाद से जो तब्दीली हुई है और उसका असर पटियाला में भी देखने को मिला है। पटियाला का किला मुबारक हो, हेरिटेज बिल्डिंग शीश महल हो, कई ऐसी बिल्डिंग ऐसी थी जो आकर्षण का केंद्र बनी हुई थी, उन बिल्डिंगों की साम संभाल के लिए भी करोड़ों रुपए का जो फंड था वो नवजोत सिंह सिद्धू लाए थे। और पटियाला की जो सड़कों की हालत काफ़ी खस्ता थी, टूटी पड़ी थी, वो सड़कें भी दोबारा बनकर तैयार हो रही हैं और पटियाला के कई ऐसे पुल हैं जिनका निर्माण शुरू हो चुका है। यानी कि पटियाला में जो नवजोत सिंह सिद्धू का जो डिपार्टमेंट है उसमें काफ़ी कुछ तब्दीली आई है। वहीं इस पूरे मामले पर हमने पटियाला के मेयर से भी बात की तो उन्होंने कहा कि काफ़ी कुछ डिवेलपमेंट के जो प्लान थे नवजोत सिंह सिद्धू के द्वारा हुए हैं और यह सारे की सारी जानकारी है जो कागजों में है, जिसमें कई तरीके के जो डिपार्टमेंट में फेरबदल भी हुआ है या किस प्रकार से जो आगे डेवलपमेंट के काम सिद्धू लेकर आए हैं या क्या कुछ प्लान किया है वो सारे ही कागजों द्वारा पता लग सकता है। लेकिन कहीं ना कहीं जो तब्दीली है वो काफ़ी तौर पर देखने को मिली है पटियाला में। सड़कें, हेरिटेज बिल्डिंग, सीवरेज प्लान एंड पानी, पानी की जो किल्लत थी उससे भी कहीं ना कहीं लोगों को राहत मिल रही है, वो प्लान पर भी काम हो रहा है। पटियाला से कैमरामैन कवलजीत के साथ अविनाश कुमार।